नाज़रीन, अमार ACS ऑफिशियल के साथ एक दफ़ा फिर अमार ACS ऑफिशियल की टीम आपको लेके आई है अमरूदों के बाग के अंदर। अल्लाह रब्बुल इज़्ज़त की इंसानों के लिए बहुत सी नेमतें हैं, उनको हम अकाउंट नहीं कर सकते कि अल्लाह रब्बुल इज़्ज़त ने हमारे लिए इस दुनिया के अंदर कौन कौन सी चीज़ें पैदा की हैं और उनके क्या फ़वाद हैं। तो इसी तरह आज हम जिस बाग के अंदर लेके आए हैं, मेरा कैमरामैन दिखा रहा है, हमारे पीछे एक बहुत वसी अरीज़ अमरूदों का बाग है और इनके जो ऑनर हैं, जो इनके मालिक हैं, वो भी हमारे साथ मौजूद हैं। आज हम बताएंगे कि अमरूद का जो पौधा है उसकी काश्त से लेके उसका बी लगाने के बाद से लेके उसका फल उतारने तक इसका जो प्रोसीजर है उसको हम शॉर्टकट अल्फाज के अंदर आप तक पहुंचाएंगे, ताकि वो किसान भाई जो अमरूद को काश्त करना चाहते हैं उनके लिए कौन सी मालूमात नहायत ज़रूरी हैं। क्योंकि ये प्रोग्राम हमारा किसानों के लिए होता है, हम इसको पंजाबी में शूट करेंगे ताकि उनको समझने में, सुनने में और इसके ऊपर अमल करने में आसानी हो सके। अस्सलाम वालेकुम भाई जान। वालेकुम सलाम भाई जान, की हाल है? अल्लाह का शुक्र भाई। भाई जान की नाम तुहाडा? इफ्तखार अहमद। इफ्तखार भाई, बहुत शुक्रिया सानू तुसी टाइम दिता। असी तुहाडा अमरूदां दा बाग माशाल्लाह काफ़ी रकबे च फैलिया होया वा, इह टोटल किन्ना रकबा जिथे तुसी इह काश्त कीता होया? 10 एकड़ जी। 10 एकड़, एक अंदाजे दे मुताबिक इहदे च किन्ने पौधे होणगे? इहदे च 150 पौधा एकड़ च जी। 150 पौधा एक एकड़ दे विच? ठीक हो गया सर। सानू जिहड़े साडे नाज़रीन सानू देख रहे ने, साडा वीडियो बनाउण दा मकसद जिहड़े लोग पंजाब दे किसान आपां नू देख रहे ने, जिहड़े इहनू काश्त करना चाहुंदे ने, उहनां नू असीं मालूमात देनी आ। सानू तुसीं इह दस्सो कि इहदा पौधा जिहड़ा वा उहदा बीज कित्थों हासिल कीता जांदा, कित्थों लिया जांदा? ਇਹ ਬੀਜ ਅਸੀਂ ਮੁਲਤਾਨ ਤੋਂ ਲੈ ਕੇ ਆਏ ਸੀ, ਹੁਣ ਇਸ ਟਾਈਮ ਅਸੀਂ ਖੁਦ ਬੀਜ ਤਿਆਰ ਵੀ ਕਰ ਲੈਂਦੇ ਹਾਂ। ਅੱਛਾ ਜੀ। ਤੇ ਆਪਦਾ ਬੀਜ ਬਣਾ ਕੇ ਤੇ ਅਸੀਂ ਪੌਦਾ ਤਿਆਰ ਕਰਦੇ ਹਾਂ, ਤੀਸਰੇ ਸਾਲ 'ਚ ਪੌਦਾ ਜਵਾਨ ਹੋ ਕੇ ਫਲ ਪੂਰਾ ਕਰ ਲੈਂਦਾ ਜੀ। ਅੱਛਾ, ਬੀਜ ਲਗਾਉਣ ਤੋਂ ਬਾਅਦ 3 ਸਾਲਾਂ ਬਾਅਦ ਉਹ ਫਲ ਦੇਣ ਦੇ ਕਾਬਲ ਹੋ ਜਾਂਦਾ? ਜੀ। ਤੇ ਮੋਹਤਰਮ, ਇਹ ਤੁਸੀਂ ਕਿੰਨੇ ਵਾਏ ਤੱਕ ਪੌਦਾ ਲਾਉਂਦੇ ਹੋ? ਲਾਉਂਦੇ ਜੀ 16 ਫੁੱਟ ਤੇ ਤਕਰੀਬਨ। 16 ਫੁੱਟ? ਹਾਂਜੀ, ਟਰੈਕਟਰ ਵੀ ਚੱਲਦਾ ਪਿਆ ਜਵੇ ਜੀ, ਤੇ 4 ਸਪੇਅਰ ਮਭਾਈ ਵੀ ਹੋ ਸਕੇ, ਅਤੇ ਉਹਦੇ ਬਾਵਜੂਦ ਫਿਰ ਵੀ ਆਸਾਨੀ ਰਹਿੰਦੀ ਹੈ, ਇਹਨੂੰ ਧੁੱਪ ਛੁੱਪ ਦੀ ਵੀ ਜ਼ਰੂਰਤ ਹੁੰਦੀ ਆ। ਮਤਲਬ 3 ਸਾਲ ਬਾਅਦ ਪੌਦਾ ਤਿਆਰ ਹੋ ਜਾਂਦਾ, ਤਿਆਰ ਹੋਣ ਤੋਂ ਬਾਅਦ ਕਿੰਨੀ ਦੇਰ ਉਹ ਫਲ ਦਿੰਦਾ, ਕਿੰਨੀ ਦਫ਼ਾ ਤੁਸੀਂ ਉਹਦੇ ਕੋਲ ਫਲ ਹਾਸਲ ਕਰਦੇ ਹੋ? ਫਿਰ ਜੀ ਇਹ ਤਕਰੀਬਨ ਮੁਸਲਸਲ 8 ਮਹੀਨੇ 8 ਮਾਹ ਤੱਕ ਚੱਲ ਰਿਹਾ ਰਹਿੰਦਾ ਜੀ। ਪੌਦੇ ਦੀ ਲਾਈਫ ਕਿੰਨੀ ਹੈ, ਇਹਦੀ ਉਮਰ ਕਿੰਨੀ ਹੈ, ਕਿੰਨੀ ਦੇਰ ਬਾਅਦ ਉਹਨੂੰ ਖਾੜ ਦਿੰਦੇ? ਤਕਰੀਬਨ 20-25 ਸਾਲ ਹੈਗੇ ਇੱਕ ਪੌਦੇ ਦੀ ਉਮਰ। ਹਾਂਜੀ, 20-25 ਸਾਲ ਤੱਕ। ਇਹਦੇ ਵਿੱਚ ਜਿਹੜੇ ਬੀਜ ਤੁਸੀਂ ਇਸਤੇਮਾਲ ਕਰਦੇ ਹੋ ਉਹਨਾਂ ਦੀਆਂ ਕਿਸਮਾਂ ਵੀ ਹੈ ਨੇ? ਹਾਂਜੀ, ਇਹਦੀਆਂ ਕਾਫੀ ਕਿਸਮਾਂ ਵਾ, ਚੈਨੀ ਗੋਲਾ ਵਾ, ਕੋਈ ਸਿੰਧੀ ਗੋਲਾ ਵਾ, ਫੈਸਲਾਬਾਦੀ ਗੋਲਾ ਬੋਲਿਆ ਜਾਂਦਾ ਜੀ। ਅਸਲ ਜਿਹੜਾ ਕਾਮਯਾਬ ਪਾਇਆ ਜਾਂਦਾ ਉਹ ਅਸੀਂ ਚੈਨੀ ਗੋਲਾ ਕਹਿੰਦੇ ਜੀ ਇਹਨੂੰ ਜੀ। ਇਹ ਪੌਦੇ ਨੂੰ ਫਲ ਵੀ ਮਾਸ਼ਾਅੱਲਾ ਬਹੁਤ ਲੱਗਦਾ ਜਿਸ ਤਰ੍ਹਾਂ ਤੁਸੀਂ ਆਪ ਦੇਖ ਰਹੇ ਹਾਂ ਜੀ ਜੀ। ਤੇ ਤਕਰੀਬਨ ਏਕੜ ਦੇ ਵਿੱਚੋਂ 100-150 ਪੇਟੀ ਹੋ ਜਾਂਦੀ ਆ ਜੀ। ਤੇ ਮੋਹਤਰਮ, ਇਹ ਜਿਹੜਾ ਤੁਸੀਂ ਫਲ ਤੋੜ ਰਹੇ ਹੋ, ਤੁਹਾਡੀਆਂ ਇੱਥੇ ਮਜ਼ਦੂਰ ਲੱਗੇ ਹੋਏ ਨੇ ਕੰਮ ਕਰਨ ਵਾਲੇ, ਪੈਕ ਵੀ ਕਰ ਰਹੇ, ਲੇਬਰ ਲੱਗੀ ਹੋਈ ਆ, ਤੁਹਾਡਾ ਅਮਰੂਦ ਕਿੱਥੇ ਕਿੱਥੇ ਜਾ ਰਿਹਾ? ਸਾਡਾ ਇਸਲਾਮਾਬਾਦ ਜਾਂਦਾ ਜੀ, ਮਰਦਾਨ ਜਾਂਦਾ ਜੀ, ਸਵਾਤ ਜਾਂਦਾ, ਮਗੋਰਾ ਵੀ ਭੇਜਦੇ ਹਾਂ ਜੀ। ਤੇ ਪਾਕਿਸਤਾਨ ਤੋਂ ਬਾਹਰ ਵੀ ਜਾਂਦਾ? ਬਾਹਰ ਵੀ ਜਾਂਦਾ ਜੀ, ਯਾਨੀ ਕਿ ਐਕਸਪੋਰਟ ਵੀ ਕਰਦੇ? ਹਾਂ ਜੀ। ਠੀਕ ਹੋ ਗਿਆ। ਤੇ ਤੁਸੀਂ ਤਾਂ ਇੱਕ ਦਿਨ ਦੇ ਵਿੱਚ ਕਿੰਨੀਆਂ ਕਿ ਜਿਹੜੀਆਂ ਪੇਟੀਆਂ ਉਹਨਾਂ ਨੂੰ ਤਿਆਰ ਕਰ ਲੈਂਦੇ ਹੋ, ਕਾਹਦੇ 'ਚ ਪੈਕ ਕਾਹਦੇ 'ਚ ਕਰਦੇ ਹੋ? ਅਸੀਂ ਇਹ ਜੀ ਛਪਾਏ ਹੋਏ ਆ ਜੀ ਕਾਟਨ। ਅੱਛਾ ਜੀ, ਪ੍ਰਿੰਟ ਕਰਾਏ ਹੋਏ? ਹਾਂਜੀ, ਪ੍ਰਿੰਟ ਕਰਾਏ ਹੋਏ ਆ ਸੁਪਰ ਅਮਰੂਦ ਦੇ ਨਾਂ ਤੋਂ ਜੀ। ਅੱਛਾ ਜੀ। ਤੇ ਇੱਕ ਇਹ ਕਾਟਨ ਦੇ ਵਿੱਚ ਕਿੰਨੇ ਕੇਜੀ ਅਮਰੂਦ ਹੁੰਦਾ? ਇਹ ਤਕਰੀਬਨ 14 ਕਿਲੋ ਹੁੰਦਾ ਜੀ। 14 ਕਿਲੋ ਜੀ। ਬਾਬਾ ਲਿਆਸ ਮਾਰਕਾ ਮੇਰਾ ਅਮਰੂਦ ਹੈ ਜੀ। ਅੱਛਾ ਜੀ। ਆਪਣਾ ਮਰਦਾਨ ਵੀ ਜਾਂਦਾ ਜੀ, ਪਿਸ਼ਾਵਰ ਵੀ ਜਾਂਦਾ, ਬਾਬਾ ਲਿਆਸ ਮਾਰਕੇ ਤੋਂ ਮਸ਼ਹੂਰ ਹੈ ਜੀ। ਆਰਫ ਵਾਲਾ ਦੀ ਮੰਡੀ ਤੋਂ ਇਲਾਵਾ ਜ਼ਿਲ੍ਹੇ ਪਾਕਪਤਨ ਜਾਂ ਜ਼ਿਲ੍ਹਾ ਸਾਹਿਵਾਲ ਦੀ ਕਿਸੇ ਹੋਰ ਮੰਡੀ 'ਚ ਅਮਰੂਦ ਭੇਜਦੇ ਪਏ ਹੋ? ਨਹੀਂ ਜੀ, ਸਿਰਫ ਉਹ ਪਿਸ਼ਾਵਰ ਹੀ ਜਾਂਦਾ ਜੀ। ਆਰਫ ਵਾਲੇ ਵੀ ਨਹੀਂ ਸੇਲ ਕਰਦੇ? ਨਹੀਂ ਕਰਦੇ ਜੀ। ਇਹਦੀ ਵਜ੍ਹਾ ਕੀ ਹੈ? ਇਹਦੀ ਵਜ੍ਹਾ ਜੀ, ਇੱਥੇ ਮਕਾਮੀ ਫਸਲ ਆ, ਇੱਥੇ ਇਹਨਾਂ ਰੇਟ ਨਹੀਂ ਜ਼ਿਆਦਾ ਲੱਗਦਾ, ਇਹਦੀ ਵਜ੍ਹਾ ਨਾਲ ਉੱਥੇ ਪਠਾਣਾ ਦੀ ਸਾਈਡ 'ਤੇ ਲੈ ਕੇ ਜਾਂਦੇ ਆ। ਡੇਲੀ ਇੱਕ ਗੱਡੀ ਭੇਜ ਲੈਂਦੇ ਹੋ? ਹਾਂਜੀ। ਕਾਹਦੇ 'ਤੇ ਭੇਜਦੇ ਹੋ? ਮਸਜਿਦ 'ਤੇ ਭੇਜਦੇ ਹੋ? ਸ਼ਾਹਜ਼ੋਰ 'ਤੇ ਜਾਂਦੀ ਹੈ? ਸ਼ਾਹਜ਼ੋਰ 'ਤੇ? ਹਾਂਜੀ, 2-3 ਬਾਗਾਂ ਵਾਲੇ ਰਲ ਕੇ ਤਾਂ ਅਸੀਂ ਇੱਕ ਗੱਡੀ ਬਣਾ ਲੈਂਦੇ ਜੀ। ਅਤੇ ਜਿਹੜੇ ਸਾਡੇ ਕਿਸਾਨ ਭਰਾ ਦੇਖ ਰਹੇ ਨੇ ਸਾਨੂੰ ਪੰਜਾਬ ਦੇ, ਉਹਨਾਂ ਦੇ ਨਾਮ ਅਸੀਂ ਇਹ ਪੈਗਾਮ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਪੰਜਾਬ ਦੇ ਵਿੱਚ ਲੋਕ ਫਲ ਨੂੰ ਜ਼ਿਆਦਾ ਕਾਸ਼ਤ ਕਰਨ, ਤਾਂ ਕਿ ਮੁਲਕ ਦੇ ਵਿੱਚ ਗੁਰਬਤ ਵੀ ਖਤਮ ਹੋ ਸਕੇ ਔਰ ਫਲ ਦੀ ਪੈਦਾਵਾਰ ਵੀ ਜ਼ਿਆਦਾ ਹੋ ਸਕੇ, ਤੁਸੀਂ ਉਹਨਾਂ ਨੂੰ ਕੀ ਕਹੋਗੇ ਕਿ ਉਹ ਇਹਦੀ ਕਾਸ਼ਤ ਕਰਨ ਦੇ 'ਚ ਕਿੰਨੀ ਕੁ ਰੋਜ਼ੀ ਆ? ਇਹਦੇ 'ਚ ਰੋਜ਼ੀ ਜੀ ਅੱਲਾ ਚਾਹੇ ਤਾਂ ਬਹੁਤ ਮਿਲ ਜਾਂਦੀ ਆ ਇੱਕ ਸਾਲ ਦੇ ਵਿੱਚ ਜੀ। ਤਕਰੀਬਨ ਤੁਸੀਂ ਆਪ ਹਿਸਾਬ ਲਾ ਲਓ ਵੀ 100 ਪੇਟੀ ਵੀ ਰੋਜ਼ ਲਵੇ ਤਾਂ ਇੱਕ ਤੋਂ ਦੂਸਰੇ ਦਿਨ ਤੋੜਨਾ ਪੈਂਦਾ ਜੀ, ਇੱਕ ਨਾਗੇ ਤੋਂ ਬਾਅਦ। ਤੁਸੀਂ ਇਹਦੇ ਵਿੱਚ ਇਹ ਜਾਨਵਰਾਂ ਵਾਸਤੇ ਚਾਰਾ ਵੀ ਕਾਸ਼ਤ ਕੀਤਾ ਹੋਇਆ? ਚਾਰਾ ਵੀ ਕਾਸ਼ਤ ਕੀਤਾ ਹੋਇਆ ਜੀ। ਤੇ ਇਹਦੇ ਇਹ ਕਾਸ਼ਤ ਕਰਨ ਦੇ ਨਾਲ ਅਮਰੂਦ ਦੇ ਦਰਖਤ ਨੂੰ ਕੋਈ ਨੁਕਸਾਨ ਨਹੀਂ? ਕੋਈ ਨੁਕਸਾਨ ਨਹੀਂ? ਨਹੀਂ, ਜਿਹਦਾ ਕੋਈ ਸਾਈਡ ਇਫੈਕਟ ਨਹੀਂ। ਤੇ ਤੁਸੀਂ ਕਿੰਨੀ ਦੇਰ ਬਾਅਦ ਇਹਨਾਂ ਪੌਦਿਆਂ ਨੂੰ ਪਾਣੀ ਦਿੰਦੇ ਹੋ? ਇਹ ਪੌਦਿਆਂ ਨੂੰ ਪਾਣੀ ਤਕਰੀਬਨ ਅਸੀਂ 15 ਦਿਨ ਬਾਅਦ ਦਿੰਦੇ ਹਾਂ। 15 ਦਿਨਾਂ ਬਾਅਦ ਜੀ। ਕੋਈ ਸਪਰੇਅ ਵਗੈਰਾ ਵੀ ਕਰਦੇ ਹੋ? ਹਾਂਜੀ, ਸਪਰੇਅ ਵੀ ਕਰਦੇ ਹਾਂ। ਸਾਲ 'ਚ ਕਿੰਨੀ ਦਫ਼ਾ ਕਰਦੇ ਹੋ ਸਪਰੇਅ? ਅਸੀਂ ਠੀਕ 10 ਦਿਨ ਤੋਂ ਬਾਅਦ ਕਰਦੇ ਹਾਂ। ਅਮਰੂਦ ਦਾ ਜਿਹੜਾ ਟੌਪ ਸੀਜ਼ਨ ਆ, ਅਮਰੂਦ ਉਤਾਰਨ ਦਾ, ਫਲ ਦੇਣ ਦਾ, ਉਹ ਕਿਹੜਾ ਹੁੰਦਾ, ਗਰਮੀ ਜਾਂ ਸਰਦੀ? ਸਰਦੀ ਦਾ ਜੀ। ਸਰਦੀ 'ਚ ਜ਼ਿਆਦਾ ਫਲ ਦਿੰਦੀ ਹੈ? ਹਾਂਜੀ।
ਤੇ ਇਹਨਾਂ ਦੇ ਵਿੱਚ ਜਿਹੜੀਆਂ ਕਿਸਮਾਂ ਵਾ ਤੁਸੀਂ ਸਾਨੂੰ ਦੱਸੀਆਂ ਵਾ ਚੰਦ ਸਾਡੇ ਕਿਸਾਨਾਂ ਨੇ ਸੁਣੀਆਂ ਵੀ ਆ ਤੇ ਇਹਦੇ ਵਿੱਚ ਕੋਈ ਮਿੱਠਾ ਜ਼ਿਆਦਾ ਹੁੰਦਾ ਹੈ ਸਾਈਜ਼ ਵੱਡਾ ਹੁੰਦਾ ਹੈ ਕੀ ਫਰਕ ਹੁੰਦਾ ਹੈ ਸਭ ਤੋਂ ਜਿਹੜਾ ਸਾਈਜ਼ ਵੱਡਾ ਹੁੰਦਾ ਚੈਨੀ ਕੋਲੇ ਦਾ ਜੀ ਵੱਡੀ ਸਰਾਈ ਦਾ ਜੀ ਤੇ ਬਾਕੀ ਹੋਰ ਵੀ ਚੰਦ ਕਿਸਮਾਂ ਹੈਗੀਆਂ ਵਾ ਬਹੁਤ ਸਾਰੀਆਂ ਕਿਸਮਾਂ ਵੀ ਆ ਚੈਨੀ ਕੋਲਾ ਵੀ ਆ ਸਿੰਧੀ ਕੋਲਾ ਵੀ ਆ ਜੀ ਆਪਣੀ ਵੱਡੀ ਸਰਾਈ ਵੀ ਆ ਛੋਟੀ ਸਰਾਈ ਵੀ ਆ ਸੰਧੂਰੀ ਕੋਲਾ ਵੀ ਆ ਜੀ ਸੰਧੂਰੀ ਵੀ ਹੈ ਜੀ ਸਾਡੇ ਕੋਲ ਬੀਜ ਵੀ ਹੈ ਜੀ ਤੁਸੀਂ ਬੀਜ ਸੇਲ ਕਰਦੇ ਹੋ ਬੀਜ ਵੀ ਸੇਲ ਕਰਦੇ ਪੌਦਾ ਤਿਆਰ ਕਰਕੇ ਸੇਲ ਕਰਦੇ ਹਾਂ ਯਾਨੀ ਕਿ ਤੁਸੀਂ ਪਨੀਰੀ ਲਾ ਕੇ ਵੀ ਦਿੰਦੇ ਹੋ ਪੌਦਾ ਹਾਂ ਜੀ ਪੌਦਾ ਅਸੀਂ 3 ਫੁੱਟ ਦਾ 2.5 ਫੁੱਟ ਦਾ ਤਿਆਰ ਕਰਕੇ ਦਿੰਦੇ ਹਾਂ ਤੇ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਤੁਹਾਡਾ ਅਗਰ ਨੰਬਰ ਦੇ ਦਈਏ ਤੁਹਾਡੇ ਨਾਲ ਰਾਬਤਾ ਕਰਨ ਤੁਸੀਂ ਉਹਨਾਂ ਨੂੰ ਬੀਜ ਵੀ ਦੇ ਸਕਦੇ ਹੋ ਦੇ ਸਕਦੇ ਹਾਂ ਪਨੀਰੀ ਵੀ ਦਿਓਗੇ ਜਿਹੜਾ ਪੌਦਾ ਛੋਟਾ ਹੁੰਦਾ ਹੈ ਦੇ ਸਕਦੇ ਹਾਂ ਇਨਸ਼ਾਅੱਲਾ ਅਗਰ ਤੁਹਾਡੇ ਨਾਲ ਕੋਈ ਬੰਦਾ ਬਾਹਰਲੀ ਮੰਡੀ 'ਚ ਰਾਬਤਾ ਕਰੇ ਤੁਸੀਂ ਉਹਨੂੰ ਅਮਰੂਦ ਵੀ ਸਪਲਾਈ ਕਰੋਗੇ ਕਰ ਸਕਦੇ ਹਾਂ ਕਰੋਗੇ ਜੀ ਜੀ ਤੇ ਜਿਹੜੇ ਸਾਡੇ ਕਿਸਾਨ ਭਰਾ ਤੁਹਾਨੂੰ ਵੇਖ ਰਹੇ ਨੇ ਪੰਜਾਬ ਦੇ ਬਿਲ ਖਸੂਸ ਕਿ ਆ ਉਹਨਾਂ ਨੂੰ ਮਸ਼ਵਰਾ ਦਿਓਗੇ ਅਮਰੂਦ ਨੂੰ ਕਾਸ਼ਤ ਕਰਨ ਦਾ ਜੀ ਬਿਲਕੁਲ ਦੇਵਾਂਗੇ ਫਾਇਦੇਮੰਦ ਕੰਮ ਆ ਹਾਂਜੀ ਬਹੁਤ ਅੱਛਾ ਕੰਮ ਆ ਜੀ ਜੀ ਠੀਕ ਹੋ ਗਿਆ ਤੇ ਤੁਸੀਂ ਇਹਦੀ ਫਾਇਦੀਅਤ ਦੇ ਬਾਰੇ ਜਾਣਦੇ ਹੋ ਕਿ ਇਨਸਾਨ ਵਾਸਤੇ ਕਿੰਨਾ ਜ਼ਰੂਰੀ ਹੈ ਕਿ ਜਿਸਮ ਵਾਸਤੇ ਇਹ ਤਾਂ ਹਰ ਬੰਦੇ ਨੂੰ ਪਤਾ ਹੈ ਜੀ ਅਮਰੂਦ ਬਹੁਤ ਅੱਛੀ ਚੀਜ਼ ਆ ਮੈਦੇ ਵਾਸਤੇ ਜੀ ਮੈਦੇ ਦੀ ਤਜ਼ਾਬੀਅਤ ਨੂੰ ਖਤਮ ਕਰਦੇ ਹਰ ਹਕੀਮ ਡਾਕਟਰ ਜੀ ਹਰ ਬੰਦੇ ਨੂੰ ਮਸ਼ਵਰਾ ਦਿੰਦੇ ਜੀ ਖਾਣ ਦਾ ਜੀ जी नाज़रीन अमार ACS ऑफिशियल के साथ आज अमार ACS ऑफिशियल की टीम आपको लेके आई है अमरूदों के बाग के अंदर 10 एकड़ के अंदर ये अमरूदों का जो बाग हम आपको दिखा रहे हैं मज़ीद इसका विज़िट भी करवाएंगे और हमने जो भाई हमारे साथ मौजूद हैं इन्होंने बड़ी डिटेल के साथ जो है ना वो हमारे किसानों के नाम जो पैगाम दिए हैं जो अमरूद की इन्फॉर्मेशन दी है हमें उम्मीद है कि वो आपके लिए नहायत फ़ायदेमंद साबित होगी इंशाल्लाह अमार ACS ऑफिशियल की टीम बहुत जल्द एक नया बाग विज़िट करवाएगी एक नए फल के बारे में आपको इंफॉर्मेशन देगी इसके लिए जुड़े रहें अमार ACS ऑफिशियल के साथ कमेंट बॉक्स में हमें ज़रूर बताइएगा ये वीडियो और ये मालूमात आपके लिए कितनी मफीद साबित हुई है तो इंशाल्लाह हम बहुत जल्द एक नए प्रोग्राम के साथ मिलेंगे अपना ख्याल रखिएगा हमें इजाज़त दें अल्लाह हाफिज़।